ਕੀਤੀ ਕੱਪੜ ਹੋਵੇ ਦੇ ਸਾਬੂਨ ਲਈਆ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕਹਿਣਾ। ਜਦੋਂ ਨਾਮ ਜਪਿਆ ਪ੍ਰੇਮ ਦੇ ਨਾਲ ਮਤ ਦੇ ਵਿੱਚੋਂ ਪਾਪ ਦੀ ਮੈਲ ਰਹਿ ਗਈ, ਪਾਪ ਭਰੀਐ ਮਤ ਪਾਪਾਂ ਕੈ ਸੰਗ। ਹੁਣ ਪਾਪ ਕੀ ਹੁੰਦਾ ਹੈ ਥੋੜਾ ਜਿਹਾ ਮੈਂ ਪਾਪ ਦੀ ਵਿਆਖਿਆ ਤੁਹਾਡੇ ਨਾਲ ਕਰਦੇ ਹਾਂ। ਇਹ ਕਈ ਪ੍ਰਕਾਰ ਦੇ ਪਾਪ ਨੇ, ਕਿਸੇ ਨੂੰ ਦੁੱਖ ਦੇਣਾ ਆਪਾਂ ਛੋਟੇ ਛੋਟੇ ਪਾਪ ਗਿਣਦੇ ਹਾਂ ਵੀ ਆਹ ਜੀਵ ਹੱਤਿਆ ਕਰ ਦਿੱਤੀ ਪਾਪ ਹੈ, ਪੈਰ ਥੱਲੇ ਕੀੜੀ ਆ ਗਈ ਪਾਪ ਹੋ ਗਿਆ, ਕਿੰਨੇ ਪਾਪ ਨੇ। ਪਰ ਪਾਪ ਉਸ ਚੀਜ਼ ਨੂੰ ਕਹਿੰਦੇ ਨੇ ਜਿਹਦੇ ਵਿੱਚੋਂ ਸਾਰੇ ਪਾਪ ਪੈਦਾ ਹੁੰਦੇ ਨੇ। ਥੋੜਾ ਜਿਹਾ ਨੂੰ ਸਮਝ ਲੈਣ ਪਾਪ ਕੀ ਹੈ। ਬੜੀ ਵਾਰੀ ਸ਼ਬਦ ਆਇਆ ਪਾਪ ਪੁੰਨ ਕੀ ਸਾਰ ਨਾ ਜਾਣਾ ਭੁੱਲਾ ਗ੍ਰਹਿ ਅਜਾਈ। ਪਾਪ ਕੀ ਹੈ, ਇਹ ਦੋ ਲਫ਼ਜ਼ਾਂ ਨੂੰ ਜੋੜ ਕੇ ਬਣਾਇਆ ਗਿਆ। ਪਾਪ ਦਾ ਅਰਥ ਧਿਆਨ ਨਾਲ ਸੁਣਨਾ, ਪਾਪ ਦਾ ਪੱਪੇ ਦਾ ਪਹਿਲਾਂ ਤੁਸੀਂ ਲੈ ਲਓ, ਪੱਪਾ ਗੱਲਾਂ ਵੱਖਰਾ ਕਰ ਦਿਓ, ਪੱਪੇ ਨੂੰ ਵੱਖਰਾ ਕਰ ਦਿਓ ਤੇ ਆਪ ਨੂੰ ਵੱਖਰਾ ਕਰ ਦਿਓ। ਆਪ ਤੇ ਪੱਪਾ ਜਦੋਂ ਇਹਨੂੰ ਜੋੜਨੇ ਉਦੋਂ ਬਣਦਾ ਪਾਪ। ਜਦੋਂ ਬੰਦਾ ਆਪਣੀ ਜ਼ਮੀਰ ਤੋਂ ਪਾਸੇ ਹੋ ਜਾਂਦਾ ਹੈ, ਆਪ ਮੈਨੇ ਬੰਦੇ ਦੀ ਜ਼ਮੀਰ ਤੇ ਪੱਪੇ ਮੈਨੇ ਪਰੇ ਹੋ ਗਿਆ। ਜ਼ਮੀਰ ਨੂੰ ਪਰਾਂ ਕਰਕੇ ਕੋਈ ਵੀ ਕੰਮ ਕਰਦਾ ਹੈ ਅੰਦਰੋਂ। ਜਦੋਂ ਅਸੀਂ ਪਾਪ ਕੋਈ ਵੀ ਕੰਮ ਕਰਨੇ ਨਾ ਗਲਤ, ਇੱਕ ਆਵਾਜ਼ ਆਏਗੀ ਅੰਦਰੋਂ ਵੀ ਆਹ ਕੰਮ ਠੀਕ ਹੈ ਨਹੀਂ। ਕਿਸੇ ਬੰਦੇ ਨੂੰ ਧੋਖਾ ਦੇਣ ਲੱਗਿਆ ਸਰੀਰ ਦੇ ਵਿੱਚ ਇੱਕ ਹਰਕਤ ਜੀ ਹੋਈ, ਉਹਦਾ ਮਤਲਬ ਹੋ ਗਿਆ ਵੀ ਤੂੰ ਆਪਣੇ ਅੰਦਰ ਬੈਠੇ ਰੱਬ ਤੋਂ ਵੱਖਰਾ ਹੋ ਗਿਆ, ਤੇਰੇ ਉਹਦੇ ਨਾਲ ਕਨੈਕਸ਼ਨ ਟੁੱਟ ਗਏ ਨੇ, ਉਦੋਂ ਪਾਪ ਸ਼ੁਰੂ ਹੋ ਗਿਆ। ਕੋਈ ਵੀ ਕੰਮ ਹੈ ਭਾਵੇਂ ਕਿਸੇ ਪ੍ਰਕਾਰ ਦਾ ਵੀ ਕੰਮ ਹੈ, ਜਦੋਂ ਅਸੀਂ ਆਪਣੀ ਆਤਮਾ ਦੀ ਆਵਾਜ਼ ਜ਼ਮੀਰ ਦੀ ਆਵਾਜ਼ ਜੋ ਸੱਚ ਸਾਡੇ ਵਿੱਚ ਪਰਮਾਤਮਾ ਦਾ ਅੰਸ਼ ਬੈਠਾ ਹੋਇਆ ਹੈ, ਜਦੋਂ ਅਸੀਂ ਉਹਦੇ ਤੋਂ ਟੁੱਟ ਕੇ ਕਰ ਰਹੇ ਹਾਂ। ਹੁਣ ਸ਼ਰਾਬ ਨੂੰ ਪਾਪ ਕਿਉਂ ਕਿਹਾ, ਸ਼ਰਾਬ ਪਾਪ ਹੈ ਨਾ ਪੀਣਾ, ਨਸ਼ਾ ਪਾਪ ਕਿਉਂ ਹੈ, ਸ਼ਰਾਬ ਕਿਉਂ ਪਾਪ ਹੈ, ਸ਼ਰਾਬ ਪੀਣ ਨਾਲ ਕੀ ਹੁੰਦਾ ਹੈ। ਸ਼ਰਾਬ ਪੀਣ ਨਾਲ ਬੰਦੇ ਨੂੰ ਆਪਣੀ ਜ਼ਮੀਰ ਵਿਸਰ ਜਾਂਦੀ ਹੈ, ਆਪਣੀ ਜ਼ਮੀਰ ਤੋਂ ਸੱਚ ਤੋਂ ਪਰੇ ਚਲਾ ਜਾਂਦਾ ਹੈ। ਉਹਨੂੰ ਪਤਾ ਨਹੀਂ ਲੱਗਦਾ ਮੈਂ ਕੌਣ ਹਾਂ, ਮੇਰੇ ਸਾਹਮਣੇ ਕੌਣ ਆਇਆ, ਮੇਰਾ ਆਪਣਾ ਕੌਣ ਹੈ, ਬਗਾਨਾ ਕੌਣ ਹੈ, ਸੱਚ ਕੀ ਹੈ, ਝੂਠ ਕੀ ਹੈ। ਆ ਜਿੰਨੇ ਜਿੰਨੇ ਪਾਪ ਨੇ, ਗਲਤ ਕੰਮ ਨੇ, ਸ਼ਰਾਬ ਲੋਕ ਕਿਉਂ ਪੀਂਦੇ ਪਹਿਲਾਂ ਕਿਸੇ ਦਾ ਕਤਲ ਕਰਨ ਲੱਗੇ, ਕਿਉਂਕਿ ਜੇ ਨਸ਼ਾ ਨਹੀਂ ਪੀਤਾ ਤੇ ਅੰਦਰ ਦਾ ਰੱਬ ਜਿਹੜਾ ਉੱਥੇ ਰੋਕ ਦਿੰਦਾ ਉਹਨੂੰ ਵੀ ਆਹ ਕੰਮ ਗਲਤ ਹੈ। ਇਸ ਕਰਕੇ ਲੋਕ ਪਾਪ ਕਰਨ ਤੋਂ ਪਹਿਲਾਂ ਸ਼ਰਾਬ ਪੀਂਦੇ ਨੇ, ਇਸ ਕਰਕੇ ਸ਼ਰਾਬ ਨੂੰ ਪਾਪ ਗਿਣਿਆ ਸਾਰੇ ਧਰਮਾਂ ਨੇ। ਸ਼ਰਾਬ ਵੀ ਪਾਪ ਹੈ, ਕੋਈ ਵੀ ਚੀਜ਼ ਭਾਵੇਂ ਕਾਮ ਹੈ ਜਦੋਂ ਹੱਦ ਬੰਨੀ ਤੋਂ ਬਾਹਰ ਜਾਂਦਾ ਤੇ ਉਦੋਂ ਪਾਪ ਕਹਿੰਦੇ ਨੇ। ਪਾਪ ਕਿਉਂ ਕਹਿੰਦੇ, ਵਾਸ਼ਨਾ ਨੂੰ ਪਾਪ ਕਹਿੰਦੇ ਨੇ। ਮਹਾਰਾਜ ਬਲਵੀਧਰ ਪਾਤਸ਼ਾਹ ਦਸਮ ਗ੍ਰੰਥ ਵਿੱਚ ਕਹਿੰਦੇ ਨੇ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੁ ਨਾ ਜਾਈਓ, ਨਿਜ ਨਾਰੀ ਕੈ ਸੰਗ ਨਿਉ ਤੁਮ ਨਿਤ ਬਟਾਈਓ। ਇਹ ਵਾਸ਼ਨਾ ਕਿਉਂ ਪਾਪ ਬਣੀ, ਕਿਉਂਕਿ ਉਸ ਹਾਲਾਤ ਦੇ ਵਿੱਚ ਸਰੀਰ ਦੇ ਅੰਦਰ ਸ਼ਰਾਬ ਵਾਲੇ ਐਲੀਮੈਂਟ ਪੈਦਾ ਹੋ ਜਾਂਦੇ ਨੇ। ਜਦੋਂ ਸ਼ਰਾਬ ਪੀਂਦਾ ਤੁਸੀਂ ਚੈੱਕ ਕਰਾ ਲਓ, ਜਦੋਂ ਬੰਦਾ ਨਜਾਇਜ਼ ਕਿਸੇ ਵਾਸ਼ਨਾ ਵਿੱਚ ਚਲਾ ਗਿਆ ਤੇ ਜਦੋਂ ਬੰਦੇ ਨੇ ਸ਼ਰਾਬ ਪੀਤੀ ਹੈ, ਦੋਵਾਂ ਹਾਲਾਤਾਂ ਦੇ ਵਿੱਚ ਸਰੀਰ ਨੂੰ ਟੈਸਟ ਕਰਾ ਕੇ ਵੇਖ ਲਓ, ਇੱਕੋ ਜਿਹਾ ਤੱਤ ਪੈਦਾ ਹੁੰਦੇ ਨੇ ਅੰਦਰ ਦਿਮਾਗ, ਦੋਵਾਂ ਵਿੱਚ ਬੰਦਾ ਬੇਹੋਸ਼ ਹੋ ਜਾਂਦਾ, ਉਹਦੀ ਹੋਸ਼ ਖਤਮ ਹੋ ਜਾਂਦੀ ਹੈ, ਉਹਦਾ ਮਨ ਸੌ ਜਾਂਦਾ ਹੈ। ਸਰਵਣ ਸੋਏ ਸੁਣ ਨਿੰਦ ਵਿਚਾਰ, ਇਹ ਅੱਖਾਂ ਸੌ ਗਈਆਂ, ਕੰਨ ਸੌ ਗਏ, ਮਨ ਸੌ ਗਿਆ, ਸਭ ਕੁਝ ਸੌ ਗਿਆ। ਤਾਂ ਇਸ ਤਰ੍ਹਾਂ ਇਹ ਸੁੱਤਾ ਮਨ, ਤੇ ਜਦੋਂ ਗੁਰਬਾਣੀ ਦਾ
ਸੇਵਨ ਕਰਦਾ ਹੈ, ਗੁਰਬਾਣੀ ਦਾ ਨਸ਼ਾ ਪੀਂਦਾ, ਜਪਜੀ ਸਾਹਿਬ ਨੂੰ ਪੀਂਦਾ ਅੰਦਰ, ਤੇ ਉਸ ਨਸ਼ੇ ਨਾਲ ਹੋਸ਼ ਆਉਂਦੀ ਹੈ, ਅੱਖ ਖੁੱਲਦੀ ਹੈ, ਸਾਧ ਜ਼ਮੀਰ ਦੀ ਆਵਾਜ਼ ਸੁਣਨੀ ਸ਼ੁਰੂ ਹੋ ਜਾਂਦੀ ਉਹਦੇ ਅੰਦਰ। ਬਾਣੀ ਕਿੱਥੋਂ ਆਈ ਸਾਰੀ? ਸਾਹਿਬਜ਼ਾਦੇ ਇੰਨੀ ਬੇਪਰਵਾਹੀ ਨਾਲ ਸੂਬੇ ਦੇ ਅੱਗੇ ਜਦੋਂ ਜਾਂਦੇ ਨੇ, ਹੁਣ ਤੁਸੀਂ ਕਦੀ ਸੋਚੋ 7 ਤੇ 9 ਸਾਲ ਦਾ ਬੱਚਾ, ਆ ਛੋਟੇ ਛੋਟੇ ਬੱਚੇ ਸਾਡੇ ਕੋਲ ਵੀ ਹੈ ਨੇ, ਆਪਣੇ ਦੀਵਾਨ ਵਿੱਚ ਚੁੱਪ ਵੀ ਨਹੀਂ ਕਰਦੇ, ਰੌਲਾ ਪਾਉਂਦੇ। ਇਹ ਕਿਉਂ ਹੈ? ਉਹਨਾਂ ਦੇ ਵਿੱਚ ਕਿਹੜੀ ਅਣਖ ਸੀ ਕਿ 7 ਸਾਲ ਦਾ ਤੇ 9 ਸਾਲ ਦੇ ਬਾਬਾ ਫਤਿਹ ਸਿੰਘ ਜੀ 7 ਸਾਲ ਦੇ ਨੇ, ਇੰਨੀ ਉਹਨਾਂ ਦੇ ਵਿੱਚ ਸਿਰਫ ਜ਼ਮੀਰ ਜਾਗੀ ਹੋਈ, ਉਹ ਜ਼ਮੀਰ ਦੇ ਨਾਲ ਬੋਲਦੇ ਨੇ। ਜਦੋਂ ਜਾਂਦੇ ਨੇ ਕਚਹਿਰੀ ਦੇ ਵਿੱਚ ਤੇ ਉਹ ਕਹਿੰਦੇ ਸਲਾਮ ਕਰੋ, ਪਰ ਉਹ ਗੱਜ ਕੇ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿੱਥੋਂ ਕਹਿ ਰਹੇ? ਜ਼ਮੀਰ ਇੰਨੀ ਜਾਗ ਪਈ, ਜ਼ਮੀਰ ਇੰਨੀ ਜਾਗ ਪਈ ਵੀ ਸਰੀਰ ਦੀ ਪਰਵਾਹੀ ਕੋਈ ਨਹੀਂ ਰਹੀ।